हाँ जी, जे हुण तुसीं इह वीडियो खोल लीए तां पहला काम आ तुसीं इहनूं शेयर कर दो। इहदा कारण इह नहीं वी मैनूं कोई पॉपुलैरिटी चाहीदी जां आपां नूं कोई फेम चाहीदा। इहदे विच बहुत सोहणी इनफॉर्मेशन आ जिहड़ी हर एक बच्चे नूं पता होणी चाहीदी आ, हर एक उस इंसान नूं होणा पता होणी चाहीदी आ जिहने सिख धर्म दे विच जन्म लिया। कारण कि अज आपां सिख राज दे साइंटिस्ट एक विज्ञानी की गल करनी आ जिहने सिख राज विच सिखां नूं बहुत वड्डियां जिहड़ियां खोजां करके दित्तियां ਅਤੇ 90 ਤੋਂ 95% ਸਿੱਖਾਂ ਨੂੰ ਉਸ ਮਹਾਨ ਸਰਦਾਰ ਬਾਰੇ ਪਤਾ ਹੀ ਨਹੀਂ। ਅਤੇ ਵੀਡੀਓ ਕਰ ਦਿਓ ਸ਼ੇਅਰ, ਆਪਾਂ ਕਰਦੇ ਹਾਂ ਵੀਡੀਓ ਸ਼ੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਨੀ ਆ ਸਰਦਾਰ ਲਹਿਣਾ ਸਿੰਘ ਮਜੀਠੀਏ ਬਾਰੇ। ਅਤੇ ਜਿਹੜੀ ਵੀ ਆਪਾਂ ਗੱਲ ਕਰਨੀ ਆ ਉਹ ਆਪਾਂ ਇਸ ਕਿਤਾਬ ਦੇ ਵਿੱਚੋਂ ਕਰਨੀ ਆ। ਇਸ ਕਿਤਾਬ ਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਸਾਰੇ ਜਣੇ ਜ਼ਰੂਰ ਪੜ੍ਹੇ ਹੋਏ। ਮਹਾਰਾਜਾ ਰਣਜੀਤ ਸਿੰਘ ਦੀ ਉੱਤੇ ਲਿਖੀ ਹੋਈ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਦੀ ਲਿਖੀ ਹੋਈ ਕਿਤਾਬ ਆ ਇਹ, ਬਹੁਤ ਸੋਹਣੀ ਕਿਤਾਬ ਆ। ਜੋ ਵੀ ਅੱਜ ਮੈਂ ਤੁਹਾਨੂੰ ਦੱਸੂਗਾ ਉਹ ਇਸ ਕਿਤਾਬ ਦੇ ਵਿੱਚੋਂ ਪੜ੍ਹਿਆ ਹੋਇਆ ਹੀ ਤੁਹਾਨੂੰ ਦੱਸੂਗਾ। ਅਤੇ ਉਹਦੀ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਲਹਿਣਾ ਸਿੰਘ ਮਜੀਠੀਆ, ਜਿਹਨੂੰ ਸਾਹਿਬੇ ਕਦਰ ਦਾ ਖਿਤਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦਿੱਤਾ ਸੀ। ਉਹਨੇ ਕਿਹੜੀਆਂ ਕਿਹੜੀਆਂ ਖੋਜਾਂ ਕੀਤੀਆਂ, ਕੀ ਉਹਦੀਆਂ ਪ੍ਰਾਪਤੀਆਂ ਸੀਗੀਆਂ ਉਸ ਸਰਦਾਰ ਦੀਆਂ, ਜਿਹੜੀਆਂ ਉਹਨੂੰ ਸਿੱਖ ਰਾਜ ਦੇ ਵਿੱਚ ਇੱਕ ਸਾਇੰਟਿਸਟ, ਇੱਕ ਸਾਹਿਬੇ ਕਦਰ, ਇੱਕ ਵਿਗਿਆਨੀ ਦਾ ਖਿਤਾਬ ਦੇ ਦਿੰਦੀਆਂ ਨੇ। ਉਹਨੇ ਬਹੁਤ ਸਾਰੀਆਂ ਤੋਪਾਂ ਦੀ ਜਿਹੜੀ ਖੋਜ ਕੀਤੀ ਸੀਗੀ ਆਪਣੇ ਟਾਈਮ ਦੇ ਵਿੱਚ, ਉਹਨਾਂ ਵਿੱਚੋਂ ਤੋਪ ਹੈਗੀ ਇੱਕ ਜ਼ਫਰ ਜੰਗ ਤੋਪ, ਜੰਗੇ ਬਿਜਲੀ, ਲੈਲਾਨ ਅਤੇ ਫਤਿਹ ਜੰਗ ਤੋਪ। ਇਹ ਜਿਹੜੀਆਂ ਤੋਪਾਂ ਵੱਡੀਆਂ ਤੋਪਾਂ ਸੀਗੀਆਂ ਜਿਹੜੀਆਂ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸਿੱਖ ਰਾਜ ਦੀ ਝੋਲੀ ਪਾਈਆਂ ਸੀ। ਅਤੇ ਇੱਕ ਸਭ ਤੋਂ ਵੱਡੀ ਜਿਹੜੀ ਤੋਪ ਉਸ ਟਾਈਮ ਉਹਨਾਂ ਨੇ ਬਣਾਈ ਜਿਹਦੇ ਤੋਂ ਅੰਗਰੇਜ਼ ਵੀ ਹੈਰਾਨ ਸੀ, ਉਹ ਤੋਪ ਦਾ ਨਾਮ ਸੀ ਸੂਰਜਮੁਖੀ ਤੋਪ। ਉਹ ਤੋਪ ਸਟੀਲ ਦੀ ਬਣੀ ਹੋਈ ਤੋਪ ਸੀ, ਉਹਦੇ ਵਿੱਚੋਂ ਵਨ ਟਾਈਮ ਦੇ ਵਿੱਚ ਜਿੰਨੇ ਮਰਜ਼ੀ ਗੋਲੇ ਦਾਗ ਸਕਦੇ ਸੀ ਅਤੇ ਉਹਦੀ ਜਿਹੜੀ ਬੈਰਲ ਆ ਉਹ ਗਰਮ ਨਹੀਂ ਸੀ ਹੁੰਦੀ। ਜਿੰਨੀਆਂ ਪੁਰਾਣੀਆਂ ਤੋਪਾਂ ਹੁੰਦੀਆਂ ਸੀ ਜਾਂ ਜੋ ਅੰਗਰੇਜ਼ ਯੂਜ਼ ਕਰਦੇ ਸੀ ਜਾਂ ਹੋਰ ਜਿਹੜੇ ਲੋਕ ਯੂਜ਼ ਕਰਦੇ ਸੀ ਰਾਜੇ ਮਹਾਰਾਜੇ, ਉਹ ਤੋਪਾਂ ਨੂੰ ਜਦੋਂ ਤੁਸੀਂ ਇੱਕ ਗੋਲਾ ਦਾਗ ਲੈਂਦੇ ਸੀ ਜਾਂ ਤਾਂ ਉਹਨੂੰ ਮਿੱਟੀ 'ਚ ਰੇਤੇ 'ਚ ਦੱਬ ਕੇ ਠੰਡੀ ਕਰਨਾ ਪੈਂਦਾ ਸੀ ਜਾਂ ਉਹਦੇ 'ਤੇ ਪਾਣੀ ਪਾ ਕੇ ਉਹਨੂੰ ਠੰਡੀ ਕਰਨਾ ਪੈਂਦਾ ਸੀ। ਮੀਨਜ਼ ਉਹਦਾ ਜਿਹੜਾ ਉਹਦੀ ਰੀਕਾਲਿੰਗ ਸੀ, ਉਹਦਾ ਚਲਾਉਣ ਦਾ ਟਾਈਮ ਪੀਰੀਅਡ ਥੋੜ੍ਹਾ ਜਿਹਾ ਲੰਬਾ ਸੀ। ਪਰ ਪਹਿਲੀ ਤੋਪ ਜਿਹਨੂੰ ਲਗਾਤਾਰ ਚਲਾਇਆ ਜਾ ਸਕਦਾ ਸੀ, ਜਿਹਦੇ ਲਗਾਤਾਰ ਗੋਲੇ ਦਾਗੇ ਜਾ ਸਕਦੇ ਸੀ, ਉਹ ਸਿੱਖ ਰਾਜ ਦੇ ਉਸ ਸਰਦਾਰ ਦੇ ਹਿੱਸੇ ਆਈ ਆ ਜਿਹਨੂੰ ਸਰਦਾਰ ਲਹਿਣਾ ਸਿੰਘ ਮਜੀਠੀਏ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਅਤੇ ਉਸ ਤੋਪ ਦਾ ਨਾਮ ਸੀ ਸੂਰਜਮੁਖੀ ਤੋਪ। ਅਤੇ 1831 ਦੀ ਸੰਧੀ ਜਦੋਂ ਲੁਧਿਆਣੇ 1831 ਦੀ ਸੰਧੀ ਹੋਈ ਆ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ ਅਤੇ ਨਾਲ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ, ਇਹ ਸੀਗੇ। ਅਤੇ ਉੱਥੇ ਉਹਨਾਂ ਨੇ ਇੱਕ ਬੜੀ ਵੱਖਰੀ ਚੀਜ਼ ਦੇਖੀ, ਉਹ ਸੀਗੀ ਉੱਥੇ ਡਬਲ ਸ਼ਾਰਟ ਗਨ, ਮਤਲਬ ਕਿ ਜਿਹੜੇ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਇੱਕ ਜਿਹੜੀ ਤੋਪ ਸੀਗੀ ਉਹ ਇੱਕ ਗੋਲਾ ਛੱਡਦੀ ਸੀ। ਉਹ ਗੋਲਾ ਜਿਵੇਂ ਮੰਨ ਲਓ ਇੱਥੋਂ ਚੱਲਿਆ ਤਾਂ ਇੱਥੋਂ ਨੇ ਖੜਾਕਾ ਕਰਨਾ, ਜਿੱਥੇ ਜਾ ਕੇ ਗਿਰਨਾ ਉੱਥੇ ਸਿਰਫ ਇੱਕ ਲੋਹੇ ਦਾ ਪੱਥਰ ਟਾਈਪ ਗਿਰਦਾ ਸੀ। ਉਹ ਜਿਹੜੀ ਜਗ੍ਹਾ 'ਤੇ ਗਿਰਦਾ ਸੀ ਉਸ ਜਗ੍ਹਾ 'ਤੇ ਨੁਕਸਾਨ ਕਰਦਾ ਸੀ। ਬੇਸਿਕਲੀ ਜਿਹੜੀਆਂ ਉਹ ਤੋਪਾਂ ਸੀਗੀਆਂ ਉਹ ਕਿਲੇ ਦੀ ਫਸੀਲ ਦੀ, ਮਤਲਬ ਕਿ ਫਸੀਲ ਨੂੰ ਕਹਿ ਲਓ ਕਿਲੇ ਦੀ ਕੰਧ ਭੰਨਣ ਦੇ ਕੰਮ ਆਉਂਦੀਆਂ ਸੀਗੀਆਂ। ਉਹ ਜ਼ਿਆਦਾ ਉਹਨਾਂ ਦਾ ਡੈਮੇਜ ਨਹੀਂ ਸੀ ਹੁੰਦਾ, ਪਰ ਉੱਥੇ ਜਦੋਂ ਲੁਧਿਆਣੇ ਦੀ ਸੰਧੀ ਕਰਨ ਗਏ ਮਹਾਰਾਜਾ ਰਣਜੀਤ ਸਿੰਘ, ਉੱਥੇ ਉਹਨਾਂ ਨੇ ਦੇਖਿਆ ਉੱਥੇ ਜਿਹੜੀਆਂ ਡਬਲ ਸ਼ਾਰਟ ਤੋਪਾਂ ਸੀਗੀਆਂ। ਡਬਲ ਸ਼ਾਰਟ ਤੋਪਾਂ ਮਤਲਬ ਕਿ ਇੱਥੇ ਵੀ ਖੜਕਾ ਕਰਨਾ ਅਤੇ ਜਿੱਥੇ ਜਾ ਕੇ ਗਿਰਨਾ ਉੱਥੇ ਜਾ ਕੇ ਉਸ ਗੋਲੇ ਨੇ ਫਟਣਾ ਅਤੇ ਉਹਨੇ ਵੱਧ ਨੁਕਸਾਨ ਕਰਨਾ। ਅਤੇ ਜਿਹੜੀਆਂ ਉਹ ਤੋਪਾਂ ਜਦੋਂ ਸਰਦਾਰ ਲਹਿਣਾ ਸਿੰਘ ਮਜੀਠੀ ਨੂੰ ਉਹ ਗੋਲੇ ਦਿਖਾਏ ਗਏ ਵੀ ਇੱਦਾਂ ਦੇ ਗੋਲੇ ਨੇ ਜਿਹੜੇ ਇੱਥੇ ਵੀ ਖੜਕਾ ਕਰਦੇ ਨੇ ਅਤੇ ਜਿੱਥੇ ਜਾ ਕੇ ਗਿਰਦੇ ਨੇ ਉੱਥੇ ਜਾ ਕੇ ਵੀ ਖੜਕਾ ਕਰਦੇ ਨੇ, ਤਾਂ ਮਹਾਰਾਜਾ ਰਣਜੀਤ ਸਿੰਘ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਕਹਿੰਦੇ ਵੀ ਤੂੰ ਇੱਦਾਂ ਦੀਆਂ ਤੋਪਾਂ ਜਿਹੜੀਆਂ ਤਿਆਰ ਕਰ ਸਕਦਾ। ਤਾਂ ਸਰਦਾਰ ਲਹਿਣਾ ਸਿੰਘ ਮਜੀਠੀਆ ਜੀ ਕਹਿੰਦੇ ਵੀ ਇੱਕ ਵਾਰੀ ਮੈਨੂੰ ਇਹ ਜਿਹੜੀ ਤੋਪ ਆ, ਇਹ ਗੋਲਾ ਮੈਨੂੰ ਚਲਾ ਕੇ ਦਿਖਾ ਦਿੱਤਾ ਜਾਵੇ, ਮੈਂ ਸੇਮ ਐਜ਼ ਇਟ ਇਜ਼ ਇੱਦਾਂ ਦਾ ਗੋਲਾ ਤਿਆਰ ਕਰ ਦੂੰਗਾ। ਅਤੇ ਚਲੋ ਅੰਗਰੇਜ਼ਾਂ ਨੇ ਉਦੋਂ ਉਹਨਾਂ ਨੂੰ ਉਹ ਗੋਲਾ ਚਲਾ ਕੇ ਦਿਖਾਇਆ, ਪਰ ਉਸ ਟਾਈਮ ਅੰਗਰੇਜ਼ ਹੱਸ ਰਹੇ ਸੀਗੇ ਵੀ ਇੱਕ ਕਹਿ ਲਓ ਵੀ ਸਰਦਾਰ ਬੰਦਾ ਜਾਂ ਦੇਸੀ ਟਾਈਪ ਬੰਦਾ ਉਹ ਇੰਨੀ ਐਡਵਾਂਸ ਲੈਵਲ ਦੀ ਜਿਹੜੀ ਤਕਨੀਕ ਨੂੰ ਕਿੱਦਾਂ, ਕਿਉਂਕਿ ਉਹਨਾਂ ਨੇ ਤਰੀਕਾ ਨਹੀਂ ਦੱਸਿਆ ਸੀਗਾ ਵੀ ਇਹ ਬਣੂਗੀ ਕਿੱਦਾਂ, ਸਿਰਫ ਚਲਾ ਕੇ ਦਿਖਾਤੀ ਅਤੇ ਉਹ ਹੱਸ ਰਹੇ ਸੀ ਵੀ ਇਹ ਨਹੀਂ ਹੋਣਾ ਇਹਨਾਂ ਤੋਂ। ਅਤੇ ਸਰਦਾਰ ਲਹਿਣਾ ਸਿੰਘ ਮਜੀਠੀਆ, ਸਰਦਾਰ ਰਣਜੀਤ ਸਿੰਘ ਜੀ ਨੂੰ ਕਹਿੰਦੇ ਵੀ ਜੇ ਤੁਸੀਂ ਜਦੋਂ ਤੱਕ ਤੁਸੀਂ ਸੰਧੀ ਕਰਕੇ ਵਾਪਸ ਲਾਹੌਰ ਆਉਂਗੇ ਉਦੋਂ ਤੱਕ ਤੁਹਾਨੂੰ ਐਵੇਂ ਦਾ ਜਿਹੜਾ ਸੇਮ ਐਜ਼ ਇਟ ਇਜ਼ ਗੋਲਾ ਬਣਿਆ ਮਿਲ ਜੂਗਾ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਸੰਧੀ ਕਰਕੇ ਵਾਪਸ ਗਏ ਤਾਂ ਇੱਕ ਦਿਨ ਦੇ ਵਿੱਚ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਉਵੇਂ ਦਾ ਸੇਮ ਗੋਲਾ ਤਿਆਰ ਕਰਤਾ ਸੀ, ਜਿਹੜਾ ਜਿਹਨੂੰ ਡਬਲ ਸ਼ਾਟ ਕਹਿ ਦਿੰਦੇ ਆ, ਇੱਧਰ ਵੀ
ਨੁਕਸਾਨ ਕਰਨਾ ਅਤੇ ਦੂਸਰੀ ਸਾਈਡ ਵੀ ਨੁਕਸਾਨ ਕਰਨਾ ਫਟਣਾ। ਅਤੇ ਅੰਗਰੇਜ਼ਾਂ ਨਾਲੋਂ ਜ਼ਿਆਦਾ ਵਧੀਆ ਤਿਆਰ ਕਰਦਾ ਸੀ। ਅੰਗਰੇਜ਼ ਦੇਖ ਕੇ ਹੈਰਾਨ ਹੋ ਗਏ ਸੀਗੇ ਵੀ ਇੰਨਾ ਦਿਮਾਗ ਯਾਰ, ਇੱਕ ਸਿੱਖ ਰਾਜ ਦੇ ਵਿੱਚ ਇੱਕ ਜਿਹੜਾ ਤੋਪਾਂ ਦੀ ਜਾਂ ਜਿਹੜਾ ਅਸਲੇ ਖਾਨੇ ਦੀ ਨਿਗਾਹਸਾਨੀ ਕਰਨ ਵਾਲਾ ਬੰਦਾ, ਉਹਦਾ ਇੰਨਾ ਦਿਮਾਗ ਯਾਰ। ਅਤੇ ਵੀ ਜੇ ਇਹਨਾਂ ਕੋਲ ਪ੍ਰੋਪਰ ਇਹਨਾਂ ਨੂੰ ਗਾਈਡੈਂਸ ਮਿਲ ਜਾਵੇ, ਜੇ ਟੈਕਨੋਲੋਜੀ ਮਿਲ ਜਾਵੇ, ਤਾਂ ਇਹ ਪਤਾ ਨਹੀਂ ਕੀ ਕੁਛ ਕਰ ਜਾਣਗੇ। ਅਤੇ ਆਪਣੀ ਕੌਮ ਦੀ ਸਭ ਤੋਂ ਵੱਡੀ ਤਰਾਸਦੀ ਆ, ਆਪਣੀ ਜਿਹੜੀ ਕੌਮ ਆ ਇਹ ਔਗਣ ਬਹੁਤ ਛੇਤੀ ਚੱਕਦੀ ਆ, ਪਰ ਕਿਸੇ ਦੇ ਗੁਣ ਨੂੰ ਸ਼ੇਅਰ ਨਹੀਂ ਕਰਦੀ। ਤਾਂ ਹੀ ਮੈਂ ਤੁਹਾਨੂੰ ਕਹਿੰਦਾ ਵੀਡੀਓ ਆ ਜਿਹੜੀ ਸ਼ੇਅਰ ਕਰ ਦਿਓ, ਕਿਉਂਕਿ ਆਪਾਂ ਅੱਜ ਕਿਸੇ ਦੇ ਗੁਣਾਂ ਦੀ ਗੱਲ ਕਰ ਰਹੇ ਹਾਂ, ਤਾਂ ਕਿ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਸਿੱਖ ਰਾਜ ਦੇ ਵਿੱਚ ਕਿਵੇਂ ਕਿਵੇਂ ਦੇ ਯੋਧੇ ਹੋਏ ਨੇ, ਚਾਹੇ ਉਹ ਤਲਵਾਰਬਾਜ਼ੀ ਵਾਲੇ ਨੇ, ਚਾਹੇ ਉਹ ਸਾਇੰਟਿਸਟ ਤੌਰ ਦੇ ਉੱਤੇ ਜਿਨ੍ਹਾਂ ਨੇ, ਕਿਉਂਕਿ ਹਰ ਇੱਕ ਕੌਮ ਦੇ ਵਿੱਚ, ਹਰ ਇੱਕ ਨਸਲ ਦੇ ਵਿੱਚ ਕੋਈ ਨਾ ਕੋਈ ਐਵੇਂ ਦਾ ਜਿਹੜਾ ਪਰਸਨ ਹੁੰਦਾ ਜਿਹਨੇ ਕੋਈ ਚੀਜ਼ ਪੈਦਾ ਕੀਤੀ ਆ, ਲੋਕ ਉਹਦੀ ਉਸ ਚੀਜ਼ ਨੂੰ ਪੂਜਦੇ ਨੇ, ਉਹਦੀਆਂ ਫੋਟੋਆਂ ਲਾ ਦਿੰਦੇ ਨੇ ਮਿਊਜ਼ੀਅਮ ਦੇ ਵਿੱਚ, ਉਹਦੇ ਵਿੱਚ ਵੱਡੇ ਵੱਡੇ ਆਰਟੀਕਲ ਲਿਖ ਕੇ ਲਾ ਦਿੰਦੇ ਨੇ ਵੀ ਲੋਕ ਇਹਦੇ ਬਾਰੇ ਜਾਣਨ, ਇਹਦੇ ਵਰਗੇ ਬਣਨ ਅਤੇ ਇਹਨੂੰ ਪੜ੍ਹਨ, ਇਹਦੇ ਵਰਗਾ ਲਾਈਫ ਸਟਾਈਲ ਬਣਾਉਣ, ਪਰ ਆਪਣੇ ਇੱਦਾਂ ਦਾ ਨਹੀਂ ਆ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਖੋਜ ਬਾਰੇ। ਤੁਸੀਂ ਦੇਖੀ ਹੋਣੀ ਆ ਇੱਕ ਨਲੀ ਬੰਦੂਕ, ਫਿਰ ਦਨਾਲੀ ਵੀ ਦੇਖੀ ਹੋਣੀ ਆ ਜਿਹਦੇ ਦੋ ਮੂਹਰੇ ਨਾਲੀਆਂ ਹੁੰਦੀਆਂ ਨੇ। ਅਤੇ ਦੁਨੀਆ ਦੀ ਪਹਿਲੀ ਗੰਨ ਜਿਹਨੂੰ ਟ੍ਰਿਪਲ ਬੈਰਲ ਗੰਨ ਕਹਿ ਦਿੰਦੇ ਨੇ, ਤਨਾਲੀ ਮਤਲਬ ਕਿ ਤਿੰਨ ਨਾਲੀਆਂ ਵਾਲੀ ਟ੍ਰਿਪਲ ਬੈਰਲ ਗੰਨ, ਉਹ ਵੀ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਦੁਨੀਆ ਦੇ ਉੱਤੇ ਸਭ ਤੋਂ ਪਹਿਲੀ ਗੰਨ ਤਿਆਰ ਕੀਤੀ ਸੀ। ਇੱਕ ਜਿਹੜੀ ਸਭ ਤੋਂ ਯੂਨੀਕ ਖੋਜ ਉਸ ਟਾਈਮ ਕੀਤੀ ਸੀ 18ਵੀਂ ਸਦੀ ਦੇ ਵਿੱਚ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ, ਉਹ ਇਹ ਸੀ ਕਿ ਆਪਾਂ ਅੱਜ ਦੇ ਯੁੱਗ ਦੇ ਵਿੱਚ ਤਾਂ ਆਪਾਂ ਸੁਣਦੇ ਹਾਂ ਕਿ ਡਿਸਪੋਜਲ ਭਾਂਡੇ, ਕੌਲੀਆਂ, ਪਲੇਟਾਂ ਜਿਹੜੀਆਂ ਆਪਾਂ ਆਮ ਆਪਣੇ ਲੰਗਰਾਂ ਦੇ ਵਿੱਚ ਦੇਖਦੇ ਹਾਂ, ਉਹਨਾਂ ਨੇ ਉਸ ਟਾਈਮ ਡਿਸਪੋਜਲ ਤੋਪ ਤਿਆਰ ਕਰਤੀ ਸੀ। ਡਿਸਪੋਜਲ ਤੋਪ ਉਹ ਤੋਪ ਸੀ ਜਿਹਦੇ ਨਾਲ ਤਿੱਬਤ ਅਤੇ ਲੇਹ ਲਦਾਖ ਨੂੰ ਫਤਿਹ ਕੀਤਾ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ। ਉਹ ਤੋਪ ਇੱਕ ਵਾਰ ਚੱਲਦੀ ਸੀ, ਉਹ ਚਮੜੇ ਦੀ ਤੋਪ ਸੀ, ਬਹੁਤ ਹਲਕੀਆਂ ਤੋਪਾਂ ਸੀ, ਕਿਉਂਕਿ ਪਹਾੜਾਂ ਦੇ ਉੱਤੇ ਜਿਹੜੀਆਂ ਤੋਪਾਂ ਚਾੜਨੀਆਂ, ਆਮ ਤੋਪ ਚਾੜਨ ਦਾ ਬਹੁਤ ਔਖਾ ਸੀਗਾ, ਕਿਉਂਕਿ ਉਹ ਬਹੁਤ ਜ਼ਿਆਦਾ ਵਜ਼ਨਦਾਰ ਅਤੇ ਬਹੁਤ ਭਾਰੀਆਂ ਤੋਪਾਂ ਹੁੰਦੀਆਂ ਨੇ। ਪਰ ਜਿਹੜੀਆਂ ਚਮੜੇ ਦੀਆਂ ਬਣੀਆਂ ਤੋਪਾਂ ਸੀ, ਡਿਸਪੋਜਲ ਤੋਪਾਂ, ਉਹ ਵਨ ਟਾਈਮ ਯੂਜ਼ ਸੀ, ਯੂਜ਼ ਕੀਤੀਆਂ ਅਤੇ ਉਸ ਤੋਂ ਬਾਅਦ ਥਰੋ, ਉਹਨਾਂ ਨੂੰ ਸਿੱਟ ਦਿਉ, ਯੂਜ਼ ਐਂਡ ਥਰੋ ਵਾਲਾ ਕੰਮ ਸੀ ਉਹਨਾਂ ਦਾ। ਅਤੇ ਉਹ ਸੀ ਲਹਿਣਾ ਸਿੰਘ ਮਜੀਠੀਏ ਨੇ ਕਿਵੇਂ ਦੀ ਖੋਜ ਕੀਤੀ। ਭਾਂਡੇ ਤਾਂ ਬਹੁਤ ਤਿਆਰ ਹੋ ਗਏ ਡਿਸਪੋਜਲ, ਅਤੇ ਉਸ ਯੋਧੇ ਨੇ ਡਿਸਪੋਜਲ ਤੋਪਾਂ ਤਿਆਰ ਕਰਤੀਆਂ ਸੀ। ਫਿਰ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਇੱਕ ਘੜੀ ਤਿਆਰ ਕੀਤੀ ਸੀ ਜਿਹਦੇ ਨਾਲ ਦਿਨ ਦਾ ਟਾਈਮ ਤਾਂ ਮਿਣਿਆ ਹੀ ਜਾ ਸਕਦਾ, ਦੁਨੀਆ ਦੀ ਸਭ ਤੋਂ ਪਹਿਲੀ ਘੜੀ ਸੀ ਉਹ। ਅਤੇ ਉਹਦੇ ਨਾਲ ਤੁਸੀਂ ਰਾਤ ਨੂੰ ਸੂਰਜ, ਦਿਨੇ ਦਾ ਸੂਰਜ ਨਾਲ ਤੁਸੀਂ ਟਾਈਮ ਮਿਣੇ ਸਕਦੇ ਸੀ, ਅਤੇ ਰਾਤ ਨੂੰ ਵੀ ਤੁਸੀਂ ਚੰਦਰਮਾ ਦੇ ਹਿਸਾਬ ਨਾਲ ਘੜੀਆਂ ਅਤੇ ਟਾਈਮ ਅਤੇ ਦਿਨ ਕਿਵੇਂ ਸਰੂ ਜਿਹੜਾ ਚੰਦ ਆ ਉਹ ਪੁੰਨਿਆਂ ਵੱਲ ਜਾਂਦਾ, ਫਿਰ ਕਿਵੇਂ ਮੱਸਿਆ ਵੱਲ ਜਾਂਦਾ, ਉਹ ਚੀਜ਼ ਵੀ ਮਿਣੀ ਜਾਂਦੀ ਸੀ। ਅਤੇ ਉਹ ਘੜੀ ਬਣਾ ਕੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗਿਫਟ ਕੀਤੀ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਘੜੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਲਗਾ ਦਿੱਤੀ। ਜਦੋਂ ਆਪਾਂ ਦਰਸ਼ਨੀ ਦਿਓੜੀ ਤੋਂ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਆਪਣੇ ਖੱਬੇ ਹੱਥ ਇੱਕ ਪਿੱਲਰ ਦੇ ਉੱਤੇ ਇੱਕ ਲੋਹੇ ਦਾ ਟੁਕੜਾ ਬਣਿਆ ਹੋਇਆ, ਉਹਦੇ ਉੱਤੇ ਬਹੁਤ ਚੀਜ਼ਾਂ ਲਿਖੀਆਂ ਵੀ ਹੋਈਆਂ ਨੇ ਅਤੇ ਇਹਦਾ ਡਾਇਗਰਾਮ ਬਣੇ ਹੋਏ ਨੇ, ਮੈਂ ਫੋਟੋ ਪਾਈ ਆ, ਤੁਸੀਂ ਦੇਖ ਲਿਓ। ਸੇਮ ਘੜੀ ਉੱਥੇ ਲੱਗੀ ਹੋਈ ਆ, ਇਹ ਉਹੀ ਘੜੀ ਆ ਜਿਹੜੀ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਸਿੱਖ ਰਾਜ ਦੀ ਝੋਲੀ ਪਾਈ ਆ। ਅਤੇ ਆਪਾਂ ਕੀ ਕਦਰ ਕਰਦੇ ਹਾਂ, ਆਪਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਵੀ ਸਿੱਖ ਰਾਜ ਦੇ ਵਿੱਚ ਐਵੇਂ ਦੇ ਲੋਕ ਵੀ ਹੋਏ ਨੇ। 740 ਤੋਪਾਂ ਨੇ ਜਿਹੜੀਆਂ ਉਹ ਲਹਿਣਾ ਸਿੰਘ ਮਜੀਠੀਆ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਣਾ ਕੇ ਦਿੱਤੀਆਂ ਸੀ, ਜਿਹੜੀਆਂ ਟੋਟਲ ਜਦੋਂ ਉਹਨਾਂ ਨੇ ਡਬਲ ਸ਼ੋਟ ਗੋਲਾ ਜਾਣਦੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਥੋਂ ਚੱਲ ਕੇ ਉੱਥੇ ਗਿਰਨ ਵਾਲਾ ਗੋਲਾ ਤਿਆਰ ਕਰਿਆ, ਉਦੋਂ ਤੱਕ 740 ਤੋਪਾਂ ਜਿਹੜੀਆਂ ਸਿੱਖ ਰਾਜ ਦੀ ਝੋਲੀ ਵਿੱਚ ਪਾ ਚੁੱਕੇ ਸੀ ਸਰਦਾਰ ਲਹਿਣਾ ਸਿੰਘ ਜੀ ਮਜੀਠੀਆ। ਇਹ ਸੀ ਸਿੱਖ ਰਾਜ ਦੇ ਮਹਾਨ ਵਿਗਿਆਨੀ ਦੀ ਇੱਕ ਛੋਟੀ ਜਿਹੀ ਕਹਾਣੀ, ਜਿਹੜੀ ਮੈਂ ਆਪਣੇ ਤੌਰ 'ਤੇ ਇਸ ਬੁੱਕ ਦੇ ਵਿੱਚੋਂ ਪੜ੍ਹ ਕੇ ਤੁਹਾਨੂੰ ਸੁਣਾਈ ਆ। ਤੁਸੀਂ ਵੀ ਕੋਸ਼ਿਸ਼ ਕਰਿਓ, ਇਹ ਬੁੱਕ ਦੇ ਵਿੱਚ ਬਹੁਤ ਇੱਦਾਂ ਦੀ ਇਨਫੋਰਮੇਸ਼ਨ ਆ ਜਿਹੜੀ ਆਪਣੇ ਬਹੁਤ ਕੰਮ ਆਊਗੀ, ਤੁਹਾਡੇ ਵੀ ਕੰਮ ਆਊਗੀ। ਕਾਰਨ ਕੀ ਆ, ਬਹੁਤ ਚੀਜ਼ਾਂ ਐਵੇਂ ਦੀਆਂ ਨੇ ਜਿਹੜੀਆਂ ਆਪਣੇ ਤੱਕ ਪਹੁੰਚਾਈਆਂ ਹੀ ਨਹੀਂ ਜਾਂਦੀਆਂ, ਜਾਂ ਕਹਿ ਲਓ ਵੀ ਆਪਾਂ ਕਿਤੇ ਨਾ ਕਿਤੇ ਉਸ ਚੀਜ਼ਾਂ ਨੂੰ ਆਪਾਂ ਆਪਣੇ ਤੱਕ ਲੈ ਕੇ ਨਹੀਂ ਆਉਣਾ ਚਾਹੁੰਦੇ। ਕਾਰਨ ਕੀ ਆ, ਸਾਡੀ ਜ਼ਿੰਦਗੀ ਦੇ ਵਿੱਚ ਟਾਈਮ ਹੀ ਹੈ ਨਹੀਂ। ਅਤੇ ਇਹ ਕਿਤਾਬ ਲੈ ਲਓ, ਪੜ੍ਹਿਓ ਭਾਵਾਂ ਨਾ ਪੜ੍ਹਿਓ, ਤੁਹਾਡੇ ਉਸ ਬੈਗ ਦੇ ਵਿੱਚ ਹੋਣੀ ਚਾਹੀਦੀ ਆ ਜਿਹੜਾ ਬੈਗ ਤੁਸੀਂ ਆਪਣੇ ਕੰਮ 'ਤੇ ਲੈ ਕੇ ਜਾਂਦੇ ਹੋ, ਜਿਹੜਾ ਬੈਗ ਤੁਹਾਡੀ ਕਾਰ ਦੇ ਵਿੱਚ ਪਿਆ, ਜਾਂ ਬੁੱਕ ਤੁਹਾਡੀ ਕਾਰ ਦੇ ਵਿੱਚ ਪਈ ਆ, ਜਾਂ ਉਸ ਬੈੱਡ 'ਤੇ ਬੁੱਕ ਹਰ ਟਾਈਮ ਪਈ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਸਾਰਾ ਦਿਨ ਵਿਹਲੇ ਪਏ ਫੋਨ ਨੂੰ ਇੱਦਾਂ ਦੇਖਦੇ ਰਹਿੰਦੇ ਹੋ।
ਕਾਰਨ ਕੀ ਹੈ, ਕਦੇ ਨਾ ਕਦੇ ਸ਼ਰਮੋ ਸ਼ਰਮੀ ਮਹੀਨੇ, 2 ਮਹੀਨੇ, 4 ਮਹੀਨੇ, 6 ਮਹੀਨੇ, ਸਾਲ ਦੇ ਵਿੱਚ ਤੁਸੀਂ ਉਹਨੂੰ ਚੱਕ ਕੇ ਪੜ੍ਹੋਂਗੇ ਜ਼ਰੂਰ। ਅਤੇ ਜਦੋਂ ਪੜ੍ਹੋਂਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡਾ ਸਿੱਖ ਰਾਜ ਸੀ ਕਿਵੇਂ ਦਾ, ਤੁਹਾਡੇ 'ਤੇ ਤੁਹਾਡਾ ਜਿਹੜਾ ਇਸ ਦੁਨੀਆ ਦੇ ਉੱਤੇ ਇੱਕ ਨਾਮ ਬਣਾ ਗਿਆ ਇੱਕ ਰਾਜਾ, ਉਹ ਸੀ ਕੌਣ ਅਤੇ ਉਹਨੇ ਕੀ ਕੀਤਾ ਇੱਕ ਅੰਪਾਇਰ ਨੂੰ ਖੜ੍ਹਾ ਕਰਨ ਵਾਸਤੇ, ਇੱਕ ਮੁਲਕ ਨੂੰ ਖੜ੍ਹਾ ਕਰਨ ਵਾਸਤੇ। ਉਹਦਾ ਦਿਮਾਗ ਕਿੱਡਾ ਵੱਡਾ ਸੀ, ਉਹਦੀ ਸੋਚਣੀ ਕਿੱਡੀ ਦੂਰ ਅੰਦੇਸ਼ੀ ਸੀ, ਉਹ ਕਿੱਡਾ ਮਹਾਨ ਯੋਧਾ ਸੀ। ਤੁਸੀਂ ਜ਼ਰੂਰ ਪੜ੍ਹ ਕੇ ਬੜੇ ਖੁਸ਼ ਹੋਵੋਗੇ ਵੀ ਕਿਸੇ ਨੇ ਕੋਈ ਸਲਾਹ ਦਿੱਤੀ ਸੀ, ਪੜ੍ਹਿਓ ਜ਼ਰੂਰ। ਅਤੇ ਹਾਂ, ਜਿਹਨੂੰ ਇਹ ਵੀਡੀਓ ਵਧੀਆ ਲੱਗੀ ਉਹ ਸ਼ੇਅਰ ਕਰ ਦਿਓ, ਫੇਸਬੁੱਕ ਵਾਲੇ ਭੈਣ ਭਰਾ ਫੋਲੋ ਕਰ ਲਿਓ, ਅਤੇ ਜਿਹੜੇ ਯੂਟਿਊਬ 'ਤੇ ਦੇਖਦੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ। ਆਪਣਾ ਯੂਟਿਊਬ ਚੈਨਲ ਵੀ ਸੇਮ ਆ ਮੁਸਾਫਿਰ ਬਾਜ ਸਿੰਘ, ਅਤੇ ਫੇਸਬੁੱਕ ਚੈਨਲ ਵੀ ਸੇਮ ਆ ਮੁਸਾਫਿਰ ਬਾਜ ਸਿੰਘ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ, ਕੋਸ਼ਿਸ਼ ਕਰੂੰਗਾ ਇੱਕ ਦੋ ਕੁ ਗੱਲਾਂ ਇਸ ਬੁੱਕ ਦੇ ਵਿੱਚੋਂ ਹੋਰ ਲੈ ਕੇ ਆਵਾਂ। ਧੰਨਵਾਦ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।